ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਨੇੜੇ ਆ ਰਿਹਾ ਹੈ ਤੇ ਮੈਂ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੇ ਨਾਲ ਸੰਬੰਧ ਰੱਖਣ ਵਾਲੀ ਇਹ ਕਿਤਾਬ ਪੜ ਰਿਹਾ ਸੀ ਇਸ ਕਿਤਾਬ ਦਾ ਨਾਮਾ ਨਾਮਾ ਜੀ ਇਤੀ ਜਨ ਕਰੀ ਇਹ ਪ੍ਰਿੰਸੀਪਲ ਸਤਵੀਰ ਸਿੰਘ ਹੁਣਾਂ ਦੀ ਜਿਹੜੀ ਹੈ ਉਹ ਲਿਖੀ ਹੋਈ ਹੈ ਜੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੁਣਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੱਕ 10 ਗੁਰੂ ਸੇਵਾਨਾਂ ਦਾ ਜਿਹੜਾ ਇਤਿਹਾਸ ਹੈ ਉਹ 10 ਵਖੂ ਵਖਰੀਆਂ ਕਿਤਾਬਾਂ ਵਿੱਚ ਲਿਖਿਆ ਹੈ ਜੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਕਿਤਾਬ ਹੈ ਉਹਨਾਂ ਦੀ ਬਹੁਤ ਪਿਆਰੀ ਕਿਤਾਬ ਹੈ ਤੁਸੀਂ ਵੀ ਜਰੂਰ ਪੜਿਓ ਤੇ ਇਸ ਕਿਤਾਬ ਵਿੱਚ ਮੈਂ ਅੱਜ ਇੱਕ ਸਿੱਖ ਦੀ ਸਾਖੀ ਪੜ ਰਿਹਾ ਸੀ ਜਿਸ ਸਿੱਖ ਦਾ ਨਾਮ ਆ ਜੀ ਭਾਈ ਫਗੂ ਜੀ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਇਸ ਸਾਖੀ ਨੂੰ ਬਹੁਤ ਪਿਆਰ ਨਾਲ ਸੁਣਿਓ ਅਤੇ ਵੰਦੋਵਾ ਸੰਗਤ ਦੇ ਨਾਲ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਇਸ ਗੱਲ ਨੂੰ ਖਿਆਲ ਚ ਰੱਖੋ ਪਿਆਰਿਓ ਜਿਹੜੀਆਂ ਗੁਰੂ ਕੀਆਂ ਸਾਖੀਆਂ ਹੁੰਦੀਆਂ ਨੇ ਨਾ ਜੀ ਗੁਰੂ ਕੀਆਂ ਸਾਖੀਆਂ ਸਾਨੂੰ ਗੁਰੂ ਨਾਲ ਜੋੜਦੀਆਂ ਵਾ ਸਾਡੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਇੱਕ ਅਦਬ ਇੱਕ ਪ੍ਰੇਮ ਭਾਵ ਜਿਹੜਾ ਹੈ ਉਹ ਪੈਦਾ ਕਰਤੀਆਂ ਹਨ ਤੋਂ ਇਹ ਸਾਖੀ ਬੜੀ ਪਿਆਰੀ ਆ ਮੇਰੇ ਵੀ ਮਨ ਨੂੰ ਬਹੁਤ ਲੱਗੀ ਆਪ ਵੀ ਸੁਣੋ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਆ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਾਂਸੀ ਬਨਾਰਸ ਤੋਂ ਹੁੰਦਿਆਂ ਹੋਇਆਂ ਸ਼ਹਿਰ ਸਸਰਾਮ ਪਹੁੰਚੇ ਇਸ ਸਸਰਾਮ ਸ਼ਹਿਰ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ ਜਿਸ ਸਿੱਖ ਦਾ ਨਾਮ ਆ ਭਾਈ ਫੱਗੂ ਜੀ ਪਿਆਰਿਓ ਇਸ ਭਾਈ ਫੱਗੂ ਜੀ ਨੂੰ ਉਸ ਇਲਾਕੇ ਦੇ ਜਿਹੜੇ ਲੋਕ ਸੀ ਉਹ ਸਤਕਾਰ ਨਾਲ ਅਦਬ ਦੇ ਨਾਲ ਚਾਚਾ ਫੱਗੂ ਕਰਕੇ ਉਹਨਾਂ ਨੂੰ ਬੁਲਾਉਂਦੇ ਸੀ ਸੇਕ ਇਤਿਹਾਸ ਨੇ ਉਹਨਾਂ ਨੂੰ ਵੱਡਾ ਗੁਰਮੁਖ ਪ੍ਰੇਮ ਧਰ ਭਾਰੀ ਅਤੇ ਸਤਿਗੁਰੂ ਦੇ ਪਿਆਰ ਵਿੱਚ ਖੀਵਾ ਕਰਕੇ ਵੀ ਲਿਖਿਆ ਹੈ ਕਹਿੰਦੇ ਆ ਵੀ ਜਦੋਂ ਉਸ ਨੇ ਆਪਣਾ ਮਕਾਨ ਬਣਾਇਆ ਨਾ ਆਪਣਾ ਮਕਾਨ ਤੇ ਮਕਾਨ ਦਾ ਜਿਹੜਾ ਬਾਹਰਲਾ ਦਰਵਾਜ਼ਾ ਹੈ ਉਹ ਬਹੁਤ ਵੱਡਾ ਰੱਖਿਆ ਇਹ ਭਾਈ ਫਗੂ ਜੀ ਹੁਣਾਂ ਨੇ ਹੁਣ ਮਕਾਨ ਦਾ ਦਰਵਾਜ਼ਾ ਕਿਉਂ ਬਹੁਤ ਵੱਡਾ ਰੱਖਿਆ ਪਤਾ ਹੀ ਕਿਉਂ ਰੱਖਿਆ ਕਿਉਂਕਿ ਭਾਈ ਫਗੂ ਜੀ ਦੀ ਇਹ ਭਾਵਨਾ ਸੀ ਵੀ ਜਿਸ ਦਿਨ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਮੈਨੂੰ ਦਰਸ਼ਨ ਦੇਣ ਆਉਣ ਉਸ ਦਿਨ ਮਹਾਰਾਜ ਪਾਤਸ਼ਾਹ ਜੀ ਘੋੜੇ ਦੇ ਉੱਪਰ ਸਵਾਰ ਹੋ ਕੇ ਹੀ ਮੇਰੇ ਘਰ ਦੇ ਵਿੱਚ ਪਰਵੇਸ਼ ਕਰਨ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੁਣਾਂ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਹੈ ਜੀ ਉਹ ਲਿਖਦੇ ਆ ਵੀ ਚਾਚਾ ਫੱਗੂ ਜੀ ਦਾ ਇਹ ਕਹਿਣਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਘੋੜੇ ਦੇ ਉੱਪਰ ਸਵਾਰ ਹੋ ਕੇ ਹੀ ਮੇਰੇ ਘਰ ਦੇ ਵਿੱਚ ਪਰਵੇਸ਼ ਕਰਨ ਇਸ ਵਾਸਤੇ ਮੈਂ ਆਪਣੇ ਘਰ ਦਾ ਜਿਹੜਾ ਦਰਵਾਜ਼ਾ ਹੈ 메ਨ ਗੇਟ ਜਿਹੜਾ ਉਹ ਵੱਡਾ ਰੱਖਿਆ ਹੈ ਖੁੱਲ੍ਹਾ ਰੱਖਿਆ ਹੈ ਕਹਿੰਦੇ ਵੀ ਇਹ ਗੱਲ ਉਹਨਾਂ ਦੀ ਬੜੀ ਪਿਆਰੀ ਅਤੇ ਠੀਕ ਵੀ ਹੈ ਕਿਉਂ ਠੀਕ ਹੈ ਕਿਉਂਕਿ ਜਿਨ੍ਹਾਂ ਦੇ ਦਿਲ ਤੰਗ ਦਿਲ ਹੁੰਦੇ ਆ ਯਾਨੀ ਕਿ ਜਿਨ੍ਹਾਂ ਦੇ ਦਿਲ ਦੇ ਦਰਵਾਜ਼ੇ ਛੋਟੇ ਹੁੰਦੇ ਆ ਜਿਹੜੇ ਤੰਗ ਦਿਲ ਇਨਸਾਨ ਹੁੰਦੇ ਆ ਈਰਖਾ ਤੇ ਦੁਸ਼ਮਣ ਨਾਲ ਪਰੇ ਹੋਏ ਇਨਸਾਨ ਹੁੰਦੇ ਆ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਗੁਰੂ ਦਾ ਨਿਵਾਸ ਨਹੀਂ ਹੁੰਦਾ ਪਰ ਜਿਨ੍ਹਾਂ ਦੇ ਦਿਲ ਵੱਡੇ ਹੁੰਦੇ ਆ ਜਿਨ੍ਹਾਂ ਦੇ ਦਿਲ ਦਰਿਆ ਹੁੰਦੇ ਆ ਜਿਨ੍ਹਾਂ ਦੇ ਕੋਲ ਖੀਮਾ ਦਾ ਗੁਣ ਹੁੰਦਾ ਵਾ ਜਿਨ੍ਹਾਂ ਦੀ ਸੋਚਨੀ ਵਿਸ਼ਾਲ ਹੁੰਦੀ ਆ ਗੁਰੂ ਦਾ ਨਿਵਾਸ ਉਹਨਾਂ ਹਿਰਦੇ ਰੂਪੀ ਘਰਾਚੀ ਹੁੰਦਾ ਇਹ ਗੱਲ ਬੜੀ ਪਿਆਰੀ ਆ ਜੀ 사ਸੰਗਤ ਜੀ ਬਨਾਰਸ ਤੋਂ ਮਹਾਰਾਜ ਸੰਗਤਾਂ ਸਮੇਤ ਘੋੜੇ ਤੇ ਸਵਾਰ ਹੋ ਕੇ ਹੀ ਪ੍ਰਿੰਸੀਪਲ ਸੁdbੀਰ ਸੇ ਲਿਖਤੇ ਆ ਵੀ ਭਾਈ ਫੱਗੂ ਜੀ ਦੇ ਮਕਾਨ ਦੇ ਅੰਦਰ ਉਹਨਾਂ ਨੇ ਪ੍ਰਵੇਸ਼ ਕੀਤਾ ਅਤੇ ਜਦੋਂ ਮਹਾਰਾਜ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ ਮਕਾਨ ਵਿੱਚ ਆਏ ਉਹਨਾਂ ਦੇ ਘਰ ਆਏ ਨਾ ਤੇ ਕਹਿੰਦੇ ਅੱਜ ਭਾਈ ਫੱਗੂ ਚਾਚਾ ਫੱਗੂ ਜਿਹੜਾ ਉਹ ਫੁੱਲਿਆ ਨਹੀਂ ਸਮਾਰਿਆ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਗਿਆ ਭਾਈ ਫੱਗੂ ਜੀ ਉਹਨਾਂ ਨੇ ਆਪਣੇ ਦੋਵੇਂ ਹੱਥ ਮਹਾਰਾਜ ਜੀ ਦੇ ਚਰਨਾਂ ਦੇ ਹੇਠਾਂ ਰੱਖੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਫੱਗੂ ਜੀ ਚਾਚਾ ਫੱਗੂ ਜੀ ਦੇ ਹੱਥਾਂ ਨੂੰ ਸਪਰਸ਼ ਕਰਕੇ ਆਪਣੇ ਚਰਨਾਂ ਦੇ ਨਾਲ ਉਹਨਾਂ ਨੂੰ ਪਵਿੱਤਰ ਕਰਕੇ ਮਹਾਰਾਜ ਜੀ ਹੁਣਾਂ ਨੇ ਉਹਦੇ ਘਰ ਦੇ ਵਿੱਚ ਜਿਹੜਾ ਹੈ ਪ੍ਰਵੇਸ਼ ਕੀਤਾ ਵਿਹੜੇ ਦੇ ਵਿੱਚ ਦੀਵਾਨ ਸਜਾਇਆ ਗਿਆ ਇੱਥੇ ਉਹਨਾਂ ਨੇ ਗੱਲ ਬੜੀ ਪਿਆਰੀ ਲਿਖੀ ਹੈ ਜਿਵੇਂ ਭਾਈ ਫੱਗੂ ਜੀ ਹੁਣਾਂ ਦੀ ਲਗਨ ਤੇ ਸੇਵਾ ਨੂੰ ਦੇਖ ਕੇ ਮਹਾਰਾਜ ਜੀ ਹੁਣਾਂ ਨੇ ਤੂੰ ਗੁਰਮੁਖ ਮੇਰਾ ਸਿੱਖ ਹੈ ਦੀ ਪਦਵੀ ਜਿਹੜੀ ਹੈ ਉਹ ਭਾਈ ਫੱਗੂ ਜੀ ਹੁਣਾਂ ਨੂੰ ਦਿੱਤੀ ਫਿਰ ਭਰੀ ਹੋਈ ਸੰਗਤ ਵਿੱਚ ਫਰਮਾਇਆ ਵੀ ਜੋ ਗੁਰੂ ਕੀ ਪੇਟ ਜੁੜੀ ਹੋਈ ਹੈ ਭਾਈ ਫਕੂ ਜੀ ਉਹ ਪੇਟਾ ਸਾਡੇ ਸਨਮੁਖ ਲੈ ਕੇ ਆਓ ਭਾਈ ਫਗੂ ਜੀ ਜਿਹੜੇ ਸਨ ਉਹ ਇੱਕ ਕੀਰਤੀ ਸਿੱਖ ਸਨ ਅਤੇ ਅਤ ਇਮਾਨਦਾਰ ਸੀ ਖਿਮਾਸ਼ੀਲ ਸਨ ਅਤੇ ਪੂਰੀ ਕਾਰ ਪੇਟਾ ਜਿਹੜੀ ਉਹਨਾਂ ਨੇ ਉਗਰਾਹੀ ਸੀ ਅਤੇ ਆਪ ਵੀ ਆਪਣਾ ਜਿਹੜਾ ਦਸਵੰਦ ਜੋੜਿਆ ਹੋਇਆ ਸੀ ਕਾਰ ਪੇਟਾ ਵਾਲਾ ਉਹ ਸਾਰੇ ਦਾ ਸਾਰਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਨੂੰ ਖੁਣਾ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ ਕਹਿੰਦੇ ਆ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਹੁਣਾਂ ਨੇ ਭਾਈ ਫੱਗੂ ਜੀ ਦੀ ਸਾਰੀ ਕਾਰਪੇਟਾਂ ਨੂੰ ਦੇਖਿਆ ਆ ਗੋ ਮਹਾਰਾਜ ਜੀ ਨੇ ਕਿਹਾ ਵੀ ਭਾਈ ਫੱਗੂ ਜੀ ਤੁਹਾਡੀ ਯਾਦ ਵਿੱਚੋਂ ਕੁਝ ਨਿਕਲ ਤਾਂ ਨਹੀਂ ਗਿਆ ਕਿ ਹਾਲੇ ਵੀ ਕੋਈ ਕਾਰਪੇਟਾ ਬਾਕੀ ਹੈ ਜਿਹੜੀ ਤੁਸੀਂ ਨਹੀਂ ਦਿੱਤੀ ਤੇ ਅੱਗੋ ਕਹਿੰਦੇ ਭਾਈ ਫੱਗੂ ਜੀ ਬੜਾ ਹੈਰਾਨ ਹੋਇਆ ਉਹਨੇ ਹੱਥ ਜੋੜੇ ਆਖਿਆ ਵੀ ਮਹਾਰਾਜ ਮੈਂ ਤਾਂ ਸਾਰੀ ਕਾਰ ਭੇਟਾ ਆਪ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ ਹੈ ਕੋਈ ਵੀ ਕੁਝ ਵੀ ਜਿਹੜੀ ਚੀਜ਼ ਹੈ ਉਹ ਬਾਕੀ ਨਹੀਂ ਰਹਿ ਗਈ ਤਾਂ ਅੱਗੋ ਕਹਿੰਦੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ ਤੇ ਇਸ਼ਾਰਾ ਕੀਤਾ ਜਿਹੜੀ 베ਰੀ ਦਾ ਰੁੱਖ ਭਾਈ ਫੱਗੂ ਜੀ ਦੇ ਵਿਹੜੇ ਵਿੱਚ ਲੱਗਾ ਹੋਇਆ ਸੀ ਉਸ 베ਰੀ ਦੇ ਰੁੱਖ ਵੱਲ ਇਸ਼ਾਰਾ ਕਰਕੇ ਕਿਹਾ ਵੀ ਉਹ 베ਰੀ ਦਾ ਰੁੱਖ ਉਹ ਜਿਹੜੀ ਗੁਰੂ ਨਾਨਕ ਦੇ ਘਰ ਦੀ ਕਾਰਪੇਟਾ ਹੈ ਭਾਈ ਫਕੂ ਜੀ ਉਹ ਬੀਰੀ ਦੇ ਰੁੱਖ ਦੀ ਕਾਰਪੇਟਾ ਤੁਸੀਂ ਗੁਰੂ ਨਾਨਕ ਦੇ ਦਰ ਤੇ ਹਾਲੇ ਸਾਨੂੰ ਅਰਪਣ ਨਹੀਂ ਕੀਤੀ ਤਾਂ ਉਸ ਵਕਤ ਪਿਆਰੇ ਉਹ ਭਾਈ ਫਕੂ ਜੀ ਹੋਣਾ ਨੇ ਇਤਿਹਾਸ ਕਹਿੰਦੇ ਵੀ ਦੋਵੇਂ ਹੱਥ ਜੋੜ ਲਏ ਅਤੇ ਅਗਾਹ ਵੱਧ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਪਕੜ ਲਿਆ ਤੇ ਕਿਹਾ ਵੀ ਮਹਾਰਾਜ ਆਪ ਜੀ ਸਭ ਕੁਝ ਜਾਣੀ ਜਾਣ ਹੋ ਅੱਗੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੱਸਿਆ ਵੀ ਭਾਈ ਫਕੂ ਜੀ ਸਾਰੀ ਜੁੜੀ ਹੋਈ ਸੰਗਤ ਨੂੰ ਉਹ ਬਿਰਤਾਂਤ ਸੁਣਾਓ ਜਿਹੜਾ ਇਸ 베ਰੀ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਤੇ ਉਸ ਵਕਤ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਆ ਵੀ ਭਾਈ ਫੱਗੂ ਜੀ ਹੋਣਾ ਨੇ ਉਹ ਸਾਰਾ ਸੰਗਤ ਨੂੰ ਬਿਰਤਾਂਤ ਸੁਣਾਇਆ ਅਤੇ ਦੱਸਿਆ ਵੀ ਘਰ ਪੇਟਾ ਇਕੱਠਿਆਂ ਕਰਨ ਲਈ ਜਦੋਂ ਇੱਕ ਦਿਨ ਉਹ ਕਿਸੇ ਦੇ ਘਰ ਗਏ ਤਾਂ ਅੱਗੋ ਜਦੋਂ ਦਰਵਾਜ਼ਾ ਖੜਕਾਇਆ ਤੇ ਘਰ ਦੇ ਵਿੱਚੋਂ ਉਹ ਘਰ ਦੇ ਮਾਲਕ ਦੀ ਜਿਹੜੀ ਘਰ ਵਾਲੀ ਸੀ ਉਹ ਬਾਹਰ ਆਈ ਤੇ ਉਹਨੇ ਅੱਗੋਂ ਕਿਹਾ ਉਸ ਸਿੱਖ ਨੂੰ ਭਾਈ ਫਗੂ ਜੀ ਨੂੰ ਵੀ ਭਾਈ ਫਗੂ ਜੀ ਮੇਰਾ ਘਰ ਵਾਲਾ ਜਿਹੜਾ ਸਿੱਖ ਹੈ ਉਹ ਘਰ ਨਹੀਂ ਹੈ ਅਤੇ ਦੇਣ ਵਾਸਤੇ ਵੀ ਸਾਡੇ ਕੋਲ ਕੁਝ ਨਹੀਂ ਹੈ ਤਾਂ ਅੱਗੋਂ ਭਾਈ ਫਗੂ ਜੀ ਨੇ ਕਿਹਾ ਵੀ ਭੈਣੇ ਤੇ ਫੁੱਲੇ ਜੋ ਕੁਝ ਵੀ ਤੇਰੇ ਘਰ ਦੇ ਵਿੱਚ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਸੰਗਤ ਦੇ ਨਾਮ ਤੇ ਉਹ ਤੂੰ ਜਰੂਰ ਮੈਨੂੰ ਦੇ ਤੇ ਕਹਿੰਦੇ ਵੀ ਉਸ ਸਿੱਖ ਦੀ ਘਰ ਵਾਲੀ ਨੂੰ ਗੁੱਸਾ ਚੜਿਆ ਉਸ ਸਮੇਂ ਉਹਨੇ ਹੱਥ ਦੇ ਵਿੱਚ ਬੂਕਰ ਝਾੜੂ ਫੜਿਆ ਹੋਇਆ ਸੀ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਉਹਨੇ ਭਾਈ ਫਗੂ ਜੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਤੇ ਭਾਈ ਫਗੂ ਜੀ ਹੋਣਾ ਨੇ ਉਹੀ ਕੂੜਾ ਇਕੱਠਾ ਕੀਤਾ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਲਿਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਯਾਦ ਕੀਤਾ ਤਾਂ ਉਹਨੂੰ ਐਜ਼ ਅ ਕਾਰਪੇਟਾ ਦੇ ਤੌਰ ਤੇ ਪਾਈ ਫਗੂ ਜੀ ਆਪਣੇ ਘਰ ਲੈ ਆਏ ਜਦੋਂ ਕਹਿੰਦੇ ਵੀ ਉਸ ਕੂੜੇ ਨੂੰ ਫਰੋਲਿਆ ਤੇ ਉਹਦੇ ਵਿੱਚੋਂ 베ਰੀ ਦੀ ਇੱਕ ਗਿੱਟਕ ਨਿਕਲੀ ਜਿਸ ਗਿੱਟਕ ਨੂੰ ਪਾਈ ਫਗੂ ਜੀ ਹੋਣਾ ਨੇ ਆਪਣੇ ਘਰ ਦੇ ਵੇੜੇ ਦੇ ਵਿੱਚ ਜਿਹੜਾ ਹੈ ਉਹ ਦੱਬ ਦਿੱਤਾ ਤੇ ਜਿਹੜੀ 베ਰੀ ਦੀ ਗਿੱਟਕ ਗਿੱਟਕ ਸਮਾਪਾ ਕੇ ਪਿਆਰਿਓ ਇੱਕ ਵੱਡਾ 베ਰੀ ਦਾ ਰੁੱਖ ਬਣਿਆ ਜਿਹਨੂੰ ਬੜੇ ਮਿੱਠੇ ਮਿੱਠੇ 베ਰ ਵੀ ਲੱਗੇ ਤੇ ਜਦੋਂ ਸਾਰਾ ਬਿਰਤਾਂਤ ਕਹਿੰਦੇ ਆ ਵੀ ਪਾਈ ਫਗੂ ਜੀ ਨੇ ਸੰਗਤ ਨੂੰ ਸੁਨਾਇਆ ਅੱਗੋਂ ਸਾਰੀ ਸੰਗਤ ਵੀ ਜਿਹੜੀ ਹੈ ਉਹ ਬਹੁਤ ਪ੍ਰਭਾਵਿਤ ਹੋਈ ਅਤੇ ਫਿਰ ਮਹਾਰਾਜ ਜੀ ਹੁਣਾਂ ਨੇ ਵੀ ਭਾਈ ਫੱਗੂ ਜੀ ਹੁਣਾਂ ਦੀ ਅਤ ਇਮਾਨਦਾਰੀ ਅਤੇ ਉਹਨਾਂ ਦੇ ਖਿਮਾਸ਼ੀਲ ਸੁਭਾਅ ਦੀ ਜਿਹੜੀ ਤਾਰੀਫ਼ ਹੈ ਉਹ ਪਰੀ ਸੰਗਤ ਵਿੱਚ ਕੀਤੀ ਅਤੇ ਸਿੱਖ ਸੰਗਤਾਂ ਨੂੰ ਵੀ ਇਹ ਗੱਲ ਸਮਝਾਈ ਵੀ ਸਾਨੂੰ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਨਿਰਸਵਾਰਥ ਹੋ ਕੇ ਇਮਾਨਦਾਰੀ ਦੇ ਨਾਲ ਭਾਵਨਾ ਦੇ ਨਾਲ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਨੀ ਚਾਹੀਦੀ ਹੈ ਅਤੇ ਭਾਈ ਫੱਗੂ ਵਰਗੇ ਸਿੱਖਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਪਿਆਰਿਓ ਇਸ ਸਾਖੀ ਬੜੀ ਪਿਆਰੀ ਹੈ ਅਤੇ ਲੋੜ ਹੈ ਅੱਜ ਸਾਨੂੰ ਵੀ ਭਾਈ ਫੱਗੂ ਜੀ ਵਰਗੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਵਿੱਚ ਵੀ ਅਸੀਂ ਖਿਮਾਸ਼ੀਲ ਵਰਗਾ ਗੁਣ ਇਮਾਨਦਾਰੀ ਵਰਗਾ ਕੁਣ ਜਿਹੜਾ ਹੈ ਉਹ ਲੈ ਕੇ ਆਈਏ ਸਾਧ ਸੰਗਤ ਜੀ ਜੇ ਅੱਜ ਦਾ ਇਹ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇ ਵੱਧ ਤੋਂ ਵੱਧ ਸੰਤਾ ਦੇ ਨਾਲ ਜਰੂਰ ਸ਼ੇਅਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਆਪਣੇ ਵਿਚਾਰ ਜੁੜ ਦਿਓ ਤੇ ਵੱਧ ਤੋਂ ਵੱਧ ਸੰਗਤ ਨਾਲ ਜਲੂ ਸ਼ੇਅਰ ਕਰਿਓ ਜਿਸ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ